ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਆਪਣੇ ਚੈਨਲ ਤੇ ਦੱਸੀ ਹੋਈ ਹੈ ਕਿ ਜਦੋਂ ਸਾਈ ਜੀ ਸਾਡੇ ਨਾਲ-ਨਾਲ ਹੁੰਦੇ ਨੇ ਉਦੋਂ ਆਪਾਂ ਨੂੰ ਕਿਹੜੇ ਸੰਕੇਤ ਮਿਲਦੇ ਨੇ ਪਰ ਅੱਜ ਆਪਾਂ ਅਜਿਹੇ ਤਿੰਨ ਸੰਕੇਤਾਂ ਬਾਰੇ ਗੱਲ ਕਰਾਂਗੇ ਜਿੱਤੋਂ ਆਪਾਂ ਨੂੰ ਇਹ ਪਤਾ ਲੱਗੇਗਾ ਕਿ ਸਾਈ ਜੀ ਹਮੇਸ਼ਾ ਹੀ ਸਾਡੇ ਨਾਲ-ਨਾਲ ਰਹਿੰਦੇ ਨੇ ਇਹ ਸੰਕੇਤ ਤੁਹਾਨੂੰ ਪਹਿਲਾਂ ਵੀ ਮਿਲੇ ਹੋਣਗੇ ਤੁਹਾਡੇ ਨਾਲ ਇਹ ਗੱਲਾਂ ਕਈ ਵਾਰ ਹੋਈਆਂ ਹੋਣਗੀਆਂ ਅੱਜ ਤੁਹਾਨੂੰ ਇਹ ਗੱਲਾਂ ਦਾ ਪਤਾ ਲੱਗੇਗਾ ਤੇ ਤੁਸੀਂ ਕਹੋਗੇ ਹਾਂ ਇਹ ਚੀਜ਼ ਤਾਂ ਮੇਰੇ ਨਾਲ ਹੋਈ ਹੈ ਕਿਉਂਕਿ ਤੁਸੀਂ ਸਾਈਂ ਜੀ ਨੂੰ ਅੱਜ ਨਹੀਂ ਮੰਨਣ ਲੱਗੇ ਤੁਸੀਂ ਸਾਈਂ ਜੀ ਨੂੰ ਬਹੁਤ ਸਮੇਂ ਤੋਂ ਮੰਨਦੇ ਆ ਰਹੇ ਹੋ ਇਹ ਵੀਡੀਓ ਅੱਜ ਆਈ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੱਸੇ ਗਏ ਸੰਕੇਤਾਂ ਬਾਰੇ ਜਾਣੋਗੇ ਜਿੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਵੀਡੀਓ ਬਿਲਕੁਲ ਸਹੀ ਹੈ ਜਾਂ ਗਲਤ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦੇ ਨੇ ਬਾਕੀ ਇਹ ਵੀਡੀਓ ਛੱਡ ਕੇ ਜਾ ਸਕਦੇ ਨੇ ਕਿਉਂਕਿ ਇਹ ਤਿੰਨ ਸੰਕੇਤ ਸਿਰਫ ਉਹਨਾਂ ਲੋਕਾਂ ਨਾਲ ਹੁੰਦੇ ਨੇ ਜੋ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦੇ ਨੇ ਜੋ ਤੀਸਰਾ ਸੰਕੇਤ ਹੈ ਉਹ ਮੇਰਾ ਆਪਣਾ ਐਕਸਪੀਰੀਅੰਸ ਹੈ ਉਹ ਬਹੁਤ ਹੀ ਖਾਸ ਲੋਕਾਂ ਨਾਲ ਹੁੰਦਾ ਹੈ ਉਹ ਲੋਕ ਜੋ ਸਾਈਂ ਜੀ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇ ਉਹਨਾਂ ਦੀ ਇਬਾਦਤ ਕਰਦੇ ਨੇ ਉਹਨਾਂ ਦੇ ਨਾਲ ਉਹ ਤੀਸਰਾ ਸੰਕੇਤ ਹੁੰਦਾ ਹੈ ਹੁਣ ਗੱਲ ਕਰਦੇ ਆਂ ਸਭ ਤੋਂ ਪਹਿਲੇ ਸੰਕੇਤ ਦੀ ਜਿੱਥੋਂ ਸਾਨੂੰ ਪਤਾ ਲੱਗੇਗਾ ਕਿ ਸਾਈਂ ਜੀ ਹਮੇਸ਼ਾ ਹੀ ਸਾਡੇ ਨਾਲ-ਨਾਲ ਨੇ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਕੰਮ ਜੋ ਕਿ ਕਾਫੀ ਸਮੇਂ ਤੋਂ ਰੁਕਿਆ ਪਿਆ ਹੁੰਦਾ ਆਪਾਂ ਨੂੰ ਤਾਂ ਆਸ ਹੀ ਮੁੱਕ ਜਾਂਦੀ ਹੈ ਕਿ ਸਾਡਾ ਇਹ ਕੰਮ ਬਣੇਗਾ ਵੀ ਜਾਂ ਨਹੀਂ ਕੰਮ ਨਾ ਹੋਣ ਕਰਕੇ ਆਪਾਂ ਕਾਫੀ ਨਿਰਾਸ਼ ਹੋ ਜਾਂਦੇ ਆ ਜਿਵੇਂ ਇੱਕ ਵੀਰ ਨੇ ਮੇਰੇ ਨਾਲ ਕਿੱਸਾ ਸਾਂਝਾ ਕੀਤਾ ਸੀ ਕਿ ਵੀਰ ਮੇਰਾ ਇੱਕ ਜਗ੍ਹਾ ਦਾ ਕੰਮ ਸੀ ਮੈਂ ਜਗਾ ਲੈਣੀ ਸੀ ਉਸ ਜਗਾ ਲਈ ਇੱਕ ਤਾਂ ਪੈਸੇ ਘਟ ਸੀ ਤੇ ਦੂਸਰਾ ਉਸ ਜਗਾ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਉਹ ਵੀਰ ਕਹਿੰਦਾ ਕਿ ਮੈਂ ਕਾਫੀ ਦੁਖੀ ਹੋਇਆ ਕਿ ਮੈਂ ਜਗਾ ਲੈਣੀ ਹੈ ਮੇਰਾ ਕੰਮ ਨਹੀਂ ਬਣ ਪਾਰਿਆ ਕਾਫੀ ਸਮਾਂ ਹੋ ਗਿਆ ਸੀ ਤਾਂ ਵੀਰ ਕਹਿੰਦਾ ਕਿ ਮੈਂ ਸਾਈਂ ਜੀ ਨੂੰ ਦੁਆ ਫਰਿਆਦ ਕੀਤੀ ਕਿ ਸਾਈਂ ਜੀ ਮਿਰਤੇ ਰਹਿਮਤ ਕਰੋ ਤਉ ਵੀਰ ਕਹਿੰਦਾ ਕਿ ਸਿਰਫ ਇੱਕ ਦਿਨ ਦੇ ਵਿੱਚ ਮੇਰੇ ਕੋਲ ਪੈਸੇ ਵੀ ਆ ਗਏ ਮੇਰੀ ਰਜਿਸਟਰੀ ਵੀ ਹੋ ਗਈ ਜਿੱਥੇ ਉਹ ਵੀਰ ਕਹਿੰਦਾ ਅਸੀਂ ਜਗਾ ਦਾ ਸੌਦਾ ਕਰ ਰਹੇ ਸੀ ਉਥੇ ਸਾਈਂ ਜੀ ਦਾ ਸਰੂਪ ਲੱਗਿਆ ਹੋਇਆ ਸੀ ਉਹ ਵੀਰ ਕਹਿੰਦਾ ਕਿ ਮੈਂ ਇਹ ਗੱਲ ਦੇਖ ਕੇ ਬਹੁਤ ਖੁਸ਼ ਹੋਇਆ ਤੇ ਸਾਈਂ ਜੀ ਨੂੰ ਸਲਾਮ ਕੀਤੀ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਸਾਈਂ ਜੀ ਹਮੇਸ਼ਾ ਹੀ ਮੇਰੇ ਨਾਲ ਨਾਲ ਰਹਿੰਦੇ ਨੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਜਦੋਂ ਵੀ ਮੈਨੂੰ ਕੋਈ ਵੀ ਕੰਮ ਹੁੰਦਾ ਮੈਂ ਸਾਈਂ ਜੀ ਨੂੰ ਦੁਆ ਕਰਦਾ ਤੇ ਕਹਿੰਨਾ ਕਿ ਸਾਈਂ ਜੀ ਤੁਸੀਂ ਹਮੇਸ਼ਾ ਮੇਰੇ ਨਾਲ ਨਾਲ ਰਹਿੰਦੇ ਹੋ ਕਿਰਪਾ ਕਰਿਓ ਤੇ ਮੇਰਾ ਉਹ ਕੰਮ ਬਣ ਜਾਂਦਾ ਕੀ ਤੁਹਾਡੇ ਨਾਲ ਵੀ ਇਦਾਂ ਹੋਇਆ ਜੇਕਰ ਇਦਾਂ ਹੋਇਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਕਿਉਂਕਿ ਇਹ ਚੀਜ਼ ਉਹਨਾਂ ਨਾਲ ਹੁੰਦੀ ਹੈ ਜੋ ਸਾਈਂ ਜੀ ਨੂੰ ਬਹੁਤ ਹੀ ਸੱਚੇ ਦਿਲੋਂ ਮੰਨਦੇ ਨੇ ਤੇ ਜਿਨ੍ਹਾਂ ਤੇ ਸਾਈਂ ਜੀ ਦੀ ਇਹ ਰਹਿਮਤ ਹੁੰਦੀ ਹੈ ਜੋ ਇਨਸਾਨ ਸਾਈਂ ਜੀ ਦੀ ਇਸ ਰਹਿਮਤ ਬਾਰੇ ਲੋਕਾਂ ਨੂੰ ਨਹੀਂ ਦੱਸਦਾ ਬੜੀ ਮਾੜੀ ਗੱਲ ਹੈ ਕਿਉਂਕਿ ਆਪਣੇ ਪੀਰ ਮੁਰਸ਼ਦ ਦੇ ਗੋਣ ਗੋਣੇ ਇਹ ਸਿਰਫ ਉਹੀ ਕਰਦਾ ਹੈ ਜੋ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਖਾਸ ਸੰਕੇਤ ਦੀ ਤੇ ਵੀਡੀਓ ਦੇ ਅੰਤ ਦੇ ਵਿੱਚ ਗੱਲ ਕਰਾਂਗੇ ਉਸ ਖਾਸ ਤੀਸਰੇ ਸੰਕੇਤ ਦੀ ਜੋ ਖੁਦ ਮੇਰੇ ਨਾਲ ਹੋਇਆ ਦੂਸਰਾ ਸੰਕੇਤ ਇਹ ਹੈ ਕਿ ਕਈ ਵਾਰ ਸਾਈਂ ਜੀ ਆਪਣੇ ਸੁਪਨੇ ਦੇ ਵਿੱਚ ਆਉਂਦੇ ਨੇ ਇਹ ਸੁਪਨਾ ਉਹਨਾਂ ਲੋਕਾਂ ਨੂੰ ਆਉਂਦਾ ਜੋ ਸਾਈਂ ਜੀ ਨੂੰ ਆਪਣਾ ਸਭ ਕੁਝ ਮੰਨ ਚੁੱਕੇ ਹੁੰਦੇ ਨੇ ਉਹਨਾਂ ਨੇ ਆਪਣਾ ਸਭ ਕੁਝ ਸਾਈਂ ਤੇ ਛੱਡ ਦਿੱਤਾ ਹੁੰਦਾ ਹੈ ਇਸੇ ਕਰਕੇ ਸਾਈਂ ਜੀ ਸੁਪਨੇ ਦੇ ਵਿੱਚ ਆਉਂਦੇ ਨੇ ਤੇ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਉਹਨਾਂ ਬਾਰੇ ਪਹਿਲਾਂ ਦੱਸ ਕੇ ਜਾਂਦੇ ਨੇ ਇਦਾਂ ਦੇ ਕੁਝ ਸੰਕੇਤ ਦੇ ਕੇ ਜਾਂਦੇ ਨੇ ਜਿੱਥੋਂ ਆਪਣੇ ਮਨ ਦੇ ਵਿੱਚ ਆਉਂਦਾ ਜਾਂ ਤਾਂ ਮੇਰੇ ਨਾਲ ਕੁਝ ਬੁਰਾ ਹੋਣ ਵਾਲਾ ਹੈ ਜਾਂ ਮੇਰੇ ਨਾਲ ਕੁਝ ਬਹੁਤ ਚੰਗਾ ਹੋਣ ਵਾਲਾ ਹੈ ਸਾਈਂ ਜੀ ਆਪਣੇ ਸੱਚੇ ਮুরিਦਾਂ ਨੂੰ ਪਹਿਲਾਂ ਸਾਵਧਾਨ ਕਰ ਦਿੰਦੇ ਨੇ ਕਿਉਂਕਿ ਪੀਰ ਮুরিਦਾਂ ਦੇ ਹਮੇਸ਼ਾ ਸਿਰ ਤੇ ਰਹਿੰਦਾ ਹੈ ਇੱਕ ਟਾਈਮ ਮੁਰਿੱਦ ਪੀਰ ਨੂੰ ਭੁੱਲ ਸਕਦਾ ਹੈ ਪਰ ਪੀਰ ਆਪਣੇ ਮੁਰਿੱਦ ਨੂੰ ਕਦੀ ਨਹੀਂ ਭੁੱਲਦਾ ਪੀਰਾਂ ਮੁਰਸ਼ਿਦਾਂ ਦਾ ਕੰਮ ਹੀ ਇਹ ਹੈ ਆਪਣੇ ਮੁਰਿੱਦਾਂ ਨੂੰ ਹਮੇਸ਼ਾ ਖੁਸ਼ ਰੱਖਣਾ ਉਹਨਾਂ ਦੀਆਂ ਝੋਲੀਆਂ ਭਰਨੀਆਂ ਮਿਲ ਸਭ ਕੁਝ ਜਾਂਦਾ ਹੈ ਬਸ ਇੱਕ ਸਹੀ ਸਮਾਂ ਜੋ ਆਪਣੇ ਪੀਰ ਮੁਰਸ਼ਿਦ ਨੂੰ ਪਤਾ ਹੁੰਦਾ ਕਿ ਇਸ ਨੂੰ ਇਹ ਚੀਜ਼ ਕਦੋਂ ਦੇਣੀ ਹੈ ਹੁਣ ਗੱਲ ਕਰਦੇ ਹਾਂ ਸਭ ਤੋਂ ਖਾਸ ਸੰਕੇਤ ਦੀ ਤੀਸਰੇ ਸੰਕੇਤ ਦੀ ਜੋ ਵੀ ਇਨਸਾਨ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦੇ ਨੇ ਉਹਨਾਂ ਦਾ ਮਨ ਬਹੁਤ ਸ਼ਾਂਤ ਰਹਿੰਦਾ ਹੈ ਉਹਨਾਂ ਨੂੰ ਹੁੰਦਾ ਹੈ ਕਿ ਮੇਰਾ ਪੀਰ ਮੁਰਸ਼ਿਦ ਸਭ ਕੁਝ ਦੇਖ ਰਿਹਾ ਹੈ ਉਹ ਸਭ ਕੁਝ ਆਪਣੇ ਆਪ ਦੇਖ ਲੈਣਗੇ ਇਸੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਚਿੰਤਾ ਨਹੀਂ ਆਉਂਦੀ ਉਹਨਾਂ ਦਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਇਸੇ ਤਰ੍ਹਾਂ ਮੇਰੇ ਨਾਲ ਹੋਇਆ ਸੀ ਮੇਰਾ ਮਨ ਬਹੁਤ ਜ਼ਿਆਦਾ ਸ਼ਾਂਤ ਸੀ ਤਾਂ ਅਚਾਨਕ ਕੀ ਹੋਇਆ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਕੋਈ ਪ੍ਰੋਬਲਮ ਹੋ ਗਈ ਇਹ ਪ੍ਰੋਬਲਮ ਮੇਰੇ ਕਰਕੇ ਹੋਈ ਸੀ ਮੇਰੇ ਤੋਂ ਕੋਈ ਗਲਤੀ ਹੋਈ ਜਿਸ ਕਰਕੇ ਉਹ ਪ੍ਰੋਬਲਮ ਪੈਦਾ ਹੋਈ ਉਸ ਪ੍ਰੋਬਲਮ ਕਰਕੇ ਉੱਥੋਂ ਦੇ ਲੋਕਾਂ ਨੇ ਮੈਨੂੰ ਬਹੁਤ ਸੁਣਾਇਆ ਤੇ ਮੈਂ ਸਾਈਂ ਜੀ ਨੂੰ ਦੁਆ ਫਰਿਆਦ ਕੀਤੀ ਕਿ ਸਾਈਂ ਜੀ ਮੇਰੇ ਤੋਂ ਅਣਜਾਣੇ ਦੇ ਵਿੱਚ ਇਹ ਗਲਤੀ ਹੋ ਗਈ ਜਿਸ ਕਰਕੇ ਇਹ ਪ੍ਰੋਬਲਮ ਪੈਦਾ ਹੋਈ ਹੈ ਸਾਈਂ ਜੀ ਦੀ ਕਿਰਪਾ ਦੇ ਨਾਲ ਉਹ ਪ੍ਰੋਬਲਮ ਬਾਅਦ ਦੇ ਵਿੱਚ ਸੋਲਵ ਵੀ ਹੋ ਗਈ ਸੀ ਪਰ ਉੱਥੋਂ ਦੇ ਲੋਕਾਂ ਨੇ ਮੈਨੂੰ ਕੁਝ ਅਜਿਹੇ ਸ਼ਬਦ ਬੋਲ ਦਿੱਤੇ ਸੀ ਜਿੰਨਾ ਕਰਕੇ ਮੇਰਾ ਉੱਥੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ ਤੇ ਮੈਂ ਉਹ ਕੰਮ ਛੱਡ ਦਿੱਤਾ ਕੰਮ ਛੱਡਣ ਕਰਕੇ ਮੇਰੇ ਤੇ ਮੁਸੀਬਤ ਆ ਗਈ ਮੇਰੇ ਕੋਲ ਪੈਸੇ ਦੀ ਕਮੀ ਰਹੀ ਸਾਈਂ ਜੀ ਦੀ ਕਿਰਪਾ ਦੇ ਨਾਲ ਮੈਨੂੰ ਸਿਰਫ 2 ਦਿਨਾਂ ਦੇ ਵਿੱਚ ਮੇਰਾ ਆਪਣਾ ਕੰਮ ਸ਼ੁਰੂ ਕਰਨ ਦਾ ਮੌਕਾ ਮਿਲਿਆ ਤੇ ਮੈਂ ਉਹ ਮੌਕਾ ਸੰਭਾਲਿਆ ਮੈਂ ਆਪਣਾ ਕੰਮ ਸ਼ੁਰੂ ਕੀਤਾ ਤੇ ਅੱਜ ਸਾਈਂ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਵਧੀਆ ਚੱਲ ਰਿਹਾ ਹੈ ਸਾਈਂ ਜੀ ਹਮੇਸ਼ਾ ਸਾਡੇ ਨਾਲ ਨਾਲ ਰਹਿੰਦੇ ਨੇ ਇਸ ਗੱਲ ਦਾ ਸਭ ਤੋਂ ਵੱਡਾ ਸੰਕੇਤ ਇਹ ਹੈ ਕਿ ਜਦੋਂ ਵੀ ਆਪਾਂ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦੇ ਹਾਂ ਤਾਂ ਆਪਣੇ ਤੇ ਮੁਸੀਬਤਾਂ ਆਉਂਦੀਆਂ ਨਹੀਂ ਕਿਉਂਕਿ ਸਾਈਂ ਜੀ ਚਾਹੁੰਦੇ ਨੇ ਕਿ ਮੇਰਾ ਮੁਰੀਦ ਇਨਾ ਮੁਸੀਬਤਾਂ ਵਿੱਚੋਂ ਨਿਕਲ ਕੇ ਅੱਗੇ ਵਧੇ ਤੇ ਅੱਗੇ ਵੱਧ ਕੇ ਆਪਣੇ ਜੀਵਨ ਦਾ ਸੁਧਾਰ ਕਰੇ ਸਾਈਂ ਜੀ ਆਪਣੇ ਮੂਰੀਦ ਨੂੰ ਫਰਸ਼ਾਂ ਤੋਂ ਲੈ ਕੇ ਅਰਸ਼ਾਂ ਤੱਕ ਲੈ ਜਾਂਦੇ ਨੇ ਸਾਈਂ ਜੀ ਕਹਿੰਦੇ ਨੇ ਕਿ ਇਹ ਜਗ੍ਹਾ ਤੇਰੀ ਨਹੀਂ ਚੱਲ ਤੇਰੀ ਜਗ੍ਹਾ ਹੋਰ ਕਿੱਥੇ ਐ ਇਹ ਸੀ ਉਹ ਤਿੰਨ ਸੰਕੇਤ ਜੋ ਸਾਨੂੰ ਇਹ ਦੱਸਦੇ ਨੇ ਕਿ ਸਾਈਂ ਜੀ ਹਮੇਸ਼ਾ ਹੀ ਸਾਡੇ ਨਾਲ ਨਾਲ ਰਹਿੰਦੇ ਨੇ ਕੀ ਤੁਹਾਡੇ ਨਾਲ ਵੀ ਇਨ੍ਹਾਂ ਸੰਕੇਤਾਂ ਵਿੱਚੋਂ ਕੋਈ ਵੀ ਸੰਕੇਤ ਹੋਇਆ ਜੇਕਰ ਹੋਇਆ ਤਾਂ ਕਮੈਂਟਾਂ ਵਿੱਚ ਇਸ ਚੀਜ਼ ਬਾਰੇ ਜ਼ਰੂਰ ਦੱਸਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ